ਦੋਸਤੋ ਤੁਹਾਡੇ ਦਿਲਾਂ ਤੇ ਇੱਕ ਦਸਤਕ ਦੇਣ ਜਾ ਰਹੇ ਹਾਂ। ਸ਼ੰਮੀ ਜਲੰਧਰੀ ਦੀਆਂ ਕਵਿਤਾਵਾਂ ਨਾਲ ਸਜੀ ਹੋਈ ਸੀਡੀ ਦਸਤਕ ਦੇ ਰੂਪ ਵਿੱਚ। ਜੀ ਹਾਂ, ਦਸਤਕ ਕਵਿਤਾਵਾਂ ਦੇ ਰੂਪ ਵਿੱਚ ਇੱਕ ਇਨਕਲਾਬ ਹੈ। ਇਹਨਾਂ ਕਵਿਤਾਵਾਂ ਨੂੰ ਰਚਣ ਵਾਲਾ ਸ਼ਾਇਰ ਸ਼ੰਮੀ ਭਾਵੇਂ ਬਾਹਰਲੇ ਮੁਲਕ ਦਾ ਬਸ਼ਿੰਦਾ ਹੈ, ਪਰ ਉਸ ਦੀਆਂ ਭਾਵਨਾਵਾਂ ਆਪਣੇ ਮੁਲਕ ਦੀ ਮਿੱਟੀ ਨਾਲ ਜੁੜੀਆਂ ਹੋਈਆਂ ਹਨ। ਸ਼ੰਮੀ ਆਪਣੀਆਂ ਕਵਿਤਾਵਾਂ ਰਾਹੀਂ ਆਪਣੇ ਮੁਲਕ ਦੇ ਆਮ ਇਨਸਾਨ, ਮਜ਼ਦੂਰ, ਕਿਸਾਨ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੈ। ਉਸ ਦੇ ਲਫ਼ਜ਼ਾਂ ਦੇ ਵਿੱਚ ਕ੍ਰਾਂਤੀ ਹੈ, ਉਸਦੀ ਆਵਾਜ਼ ਵਿੱਚ ਸੋਝ ਹੈ। ਇਸੇ ਲਈ ਮਹਾਨ ਸ਼ਾਇਰ ਡਾਕਟਰ ਸੁਰਜੀਤ ਪਾਤਰ ਹੋਰਾਂ ਨੇ ਸ਼ਮੀ ਦੀ ਦਸਤਕ ਦਾ ਸਵਾਗਤ ਕਰਦੇ ਹੋਏ ਲਿਖਿਆ ਹੈ, ਸ਼ਮੀ ਦੀ ਦਸਤਕ ਸਾਡੇ ਸਮੇਂ ਦੀ ਨਬਜ਼ ਹੈ, ਵੇਲੇ ਦੇ ਮਸਲਿਆਂ ਦਾ ਰੋਹ ਹੈ, ਸਾਡੇ ਕਰਮਾਂ ਅਤੇ ਸੋਚਾਂ ਲਈ ਵੰਗਾਰ ਹੈ। ਸ਼ਮੀ ਦੀਆਂ ਸਤਰਾਂ ਅਤੇ ਉਸਦੀ ਆਵਾਜ਼ ਵਿੱਚ ਜਿਹੜੀ ਸੁਲਗਣ ਹੈ, ਜਿਹੜਾ ਸੇਕ ਹੈ, ਜਿਹੜੀ ਰੋਸ਼ਨੀ ਹੈ, ਮੈਂ ਉਸਦਾ ਸਵਾਗਤ ਕਰਦਾ। ਡਾਕਟਰ ਸੁਰਜੀਤ ਪਾਤਰ ਹੋਰਾਂ ਨੇ ਆਪਣੇ ਬੇਸ਼ਕੀਮਤੀ ਲਫ਼ਜ਼ਾਂ ਦੇ ਨਾਲ ਸ਼ਮੀ ਦੀ ਦਸਤਕ ਦਾ ਸਵਾਗਤ ਕੀਤਾ ਹੈ। ਆਓ ਅਸੀਂ ਵੀ ਸ਼ਮੀ ਦੀ ਦਸਤਕ ਨੂੰ ਪਰਵਾ ਹੁੰਗਾਰਾ ਦੇ ਕੇ ਇੱਕ ਸਮਾਜਿਕ ਕ੍ਰਾਂਤੀ ਦਾ ਐਲਾਨ ਕਰੀਏ।